ਮੇਰਾ ਮਕਸਦ ਸਿਰਫ ਇਹ ਹੈ ਵੀ ਮੈਂ ਪੂਰੀ ਦੁਨੀਆ ਕਰਕੇ ਦੇਖੀ ਹੈ ਜੀ। ਮੇਰਾ ਮਕਸਦ ਹੈ ਕਿ ਮੈਂ ਆਪਣੀ ਜਿਹੜਾ ਆਪਣੇ ਬਾਪ ਦਾਦੇ ਦਾ ਉਹ ਘਰ ਦੇਖ ਕੇ ਆਵਾਂ, ਐਵੇਂ ਖਾਸ਼ ਆਉਂਦੀ ਦਿਲ ਦੇ ਵਿੱਚ। ਹਾਲਾਂਕਿ ਮੇਰਾ ਬੇਟਾ ਕਨੇਡਾ, ਬੇਟੀਆਂ ਮੇਰਾ ਕਨੇਡਾ, ਉਹ ਤੋਂ ਮੇਰੀ ਕੋਸ਼ਿਸ਼, ਮੈਂ ਕਿਹਾ ਮੇਰੀ ਉੱਥੋਂ ਕਰਿਓ। ਮੇਰੇ ਦਿਲ 'ਚ ਖਾਹਿਸ਼ ਆ ਕਿ ਮੈਂ ਆਪਣਾ ਘਰ, ਆਪਣਾ ਵਤਨ, ਵਤਨ ਤਾਂ ਚਲੋ ਹੁਣ ਇੱਡਾ ਲੰਮਾ ਚੌੜਾ ਕਿਸੇ ਨੇ ਕੀ ਦੇਖਣ ਦੇਣਾ, ਮੈਂ ਆਪਣਾ ਪੂਰਾ ਪਿੰਡ ਦੇਖਾਂ। ਔਰ ਉੱਥੇ ਦੇ ਬੰਦੇ ਜਿਹੜੇ ਕੋਈ ਮੇਰੀ ਉਮਰ ਦੇ ਹੋਣਗੇ ਕਿ ਉਹਨਾਂ ਕੋਲ ਪੂਰਾ ਮੇਰੇ ਕੋਲ ਪੁੱਛਣ, ਸ਼ਾਇਦ ਉਹਨਾਂ ਨੂੰ ਪੂਰਾ ਵੀ ਨਾ ਪਤਾ ਹੋਵੇ ਜਿਹੜਾ ਮੈਂ ਦੱਸਾਂਗਾ ਉਹਨਾਂ ਨੂੰ, ਕਿਉਂ ਮੈਂ ਆਪਣੇ ਘਰ ਨੂੰ ਪੂਰੀ ਸਮਝਣਾ ਆ, ਜਾਣ ਰਿਹਾ ਹਾਂ। ਔਰ ਮੈਂ ਖਾਹਿਸ਼ ਆ ਵੀ ਮੈਂ ਆਪਣਾ ਨਾ ਉਮਰ ਦੇ ਆਖਰੀ ਹਿੱਸੇ 'ਚ ਆ ਗਏ ਆ, ਮਤਲਬ ਆਪਣਾ ਘਰ ਦੇਖੀਏ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰ ਨੀ। ਮੁੱਕ ਜਾਣੇ ਨੇ ਜਿਹੜੀ ਮੈਂ ਮੇਰੇ ਵਰਗੇ ਸ਼ੌਕ ਰੱਖਦੇ, ਮੁੱਕ ਜਾਣੇ ਨੇ, ਮੁੜ ਕੇ ਪਤਾ ਹੀ ਨਹੀਂ ਰੋਟੀ ਕੀ ਹੁੰਦੀ ਹੈ, ਰੋਟੀ ਕੀ ਅਤੇ ਹੁਸ਼ਿਆਰਪੁਰ ਕੀ, ਬਸ ਗੱਲ ਖਤਮ ਆ। ਹੋਰ 5-7 ਸਾਲ ਆ ਇਹ, ਮਤਲਬ ਇਹ ਮੁੱਕ ਜਾਣੇ ਨੇ, ਜਿਸ ਤਰ੍ਹਾਂ ਅਗਲੇ ਬਾਬੇ ਮੁੱਕ ਗਏ, ਗੱਲ ਖਤਮ ਹੋ ਜਾਣੀ। ਇੰਨੀ ਆਜ਼ਾਦੀ ਹੋਣੀ ਚਾਹੀਦੀ ਸੀ ਆਪਣੇ ਜੰਮਣ ਪਾਉਣ ਦਾ ਹੱਲ ਕਰਵਾਉਂਦਾ ਜੀ। ਮੇਰਾ ਸਾਡਾ ਜੰਮਣ ਪਾਉਂਦਾ, ਹਾਲਾਂਕਿ ਇੱਥੇ ਦੀ ਹਰ ਤਰ੍ਹਾਂ ਸਹੂਲਤ ਆ ਜੀ। ਮੇਰੇ ਬੇਟੇ ਕਨੇਡਾ ਗਏ, ਇਹਨਾਂ ਨੂੰ ਗੱਡੀਆਂ ਕਾਰਾਂ ਅਸੀਂ ਰੱਖੀਆਂ ਆ, ਘਰ ਸਾਡਾ ਇੱਥੇ ਜ਼ਿਆਦਾ ਦਾ ਘਰ ਸਾਡਾ, ਕੋਈ ਜ਼ਮੀਨ ਨਾ ਮੈਂ ਇਕੱਲਾ ਮਾਲਕ ਆ ਜੀ। 40 ਕਿੱਲੇ ਸਾਡੀ ਸ਼ਹਿਰ ਦੀ ਮੁੱਢ ਆ ਜੀ, 40 ਕਿੱਲੇ ਪ੍ਰਾਪਰਟੀ ਸਾਡੀ ਸ਼ਹਿਰ ਦੀ ਮੁੱਢ ਆ। ਪਿੰਡ ਬਰੋਟੀ ਚੇਤੇ ਆਉਂਦਾ ਵੀ ਯਾਰ ਉਹ ਪਿੰਡ ਕਿੱਦਾਂ ਦਾ ਸਾਡਾ ਸੀ। ਉਹ ਸਾਡੀਆਂ ਬਾਬਿਆਂ ਨੇ ਦੱਸਣਾ ਨੇ ਇੱਦਾਂ ਕਰਕੇ ਉੱਪਰ ਨੂੰ ਜਾਣਾ, ਫਿਰ ਅਸੀਂ ਆਉਣਾ ਇੱਧਰ ਨਿਆਲਾ ਪਿੰਡ ਕੋਲ ਹੁੰਦਾ ਸੀ, ਮਹਿੰਗਰਵਾਲ ਮਲੋਟ ਇਹ ਪਹਾੜ 'ਚ ਪਿੰਡ ਹੁੰਦੇ ਸੀ, ਉੱਥੇ ਗੁੱਜਰ ਆਏ ਹੁੰਦੇ ਸਾਡੇ ਕੋਲ, ਕੋਈ ਮਰ ਗਿਆ ਵਿਚਾਰੇ। ਅਤੇ ਅਗਰ ਮੈਂ ਨਾ ਦੇਖਿਆ ਹੁੰਦਾ ਨਾ ਉਹ ਨਕਸ਼ਾ ਮੇਰੇ ਜ਼ਿਹਨ 'ਚ ਨਾ ਹੁੰਦਾ, ਇੱਕ ਮੇਰਾ ਭਰਾ ਇੰਗਲੈਂਡ 'ਚ ਜਾਂਦਾ ਪੋਪੀ ਸਾਹਿਬ, ਜਦੋਂ ਇੰਗਲੈਂਡ 'ਚ ਆਵੇ ਫਿਰ ਅਸੀਂ ਬਰੋਟੀ ਦੀਆਂ ਗੱਲਾਂ ਕਰੀ ਜਾਣੀਆਂ ਹੁੰਦੀਆਂ। ਹਾਂ, ਉੱਥੇ ਦਾ ਚਮਾਰ ਹੁੰਦਾ ਸੀ ਹਰੀਆ, ਉਹ ਸਾਡੇ ਤਾਏ ਦਾ ਨੰਬਰ ਸਾਡੇ ਸਾਡਾ ਤਾਇਆ ਸੀ, ਸਾਡਾ ਸੀ ਉਹਦਾ ਸੀ ਉਹ ਚੌਕੀਦਾਰ, ਉਹ ਹਰੀਆ ਗੱਲ ਇੱਦਾਂ ਆ, ਉਹ ਹਰੀਆ ਗੱਲ ਇੱਦਾਂ ਆ, ਉਹ ਹਰੀਏ ਵੀ ਮਰ ਗਿਆ, ਉਦੋਂ ਕੱਪ ਗਿਆ, ਸਾਡੇ ਬਾਬੇ ਵੀ ਕੱਪ ਹੋ ਗਏ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜਾਓ ਇੱਕ ਵਾਰ। ਨਾਸਰ ਢਿੱਲੋਂ ਦਾ ਸਲਾਮ, ਪਿਆਰ ਅਤੇ ਸਤਿ ਸ਼੍ਰੀ ਅਕਾਲ, ਨਮਸਤੇ ਸਾਰਿਆਂ ਨੂੰ। ਜਿੰਨੇ ਵੀ ਸਾਡੇ ਵੀਡੀਓਜ਼ ਰਹਿੰਦੇ ਨੇ ਉਹਨਾਂ ਲਈ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਹਾਂ। ਸਾਡੇ ਨਾਲ ਕਾਦਰ ਸਾਹਿਬ ਨੇ ਜਿਹੜੇ ਗੁਜਰਾਤ ਦਾ ਪਿੰਡ 364 ਦੇ ਵਿੱਚ ਰਹਿੰਦੇ ਨੇ ਅਤੇ ਪਿੱਛੋਂ ਹੁਸ਼ਿਆਰਪੁਰ ਤੋਂ ਉੱਠ ਕੇ ਆਏ ਨੇ ਬਰੋਟੀ ਪਿੰਡ ਤੋਂ। ਸੋ ਇਹਨਾਂ ਨਾਲ ਆਪਾਂ ਅੱਜ ਗੱਲ ਕਰਨੀ ਆ ਅਤੇ ਪੁੱਛਣੀ ਇਹਨਾਂ ਕੋਲ ਖਾਣੀ ਸਟੋਰੀ ਆਪਣੇ ਪਿਛਲੇ ਪਿੰਡ ਦੀ, ਜਿਹੜੀ ਇਹਨਾਂ ਦਾ ਬਰੋਟੀ ਪਿੰਡ ਆ, ਅਤੇ ਕੀ ਉਹਦੇ ਬਾਰੇ ਵਿਚਾਰ ਇਹਨਾਂ ਦੇ, ਇਹਨਾਂ ਦੀ ਕੀ ਸੋਚ ਆ। ਜੇ ਆਪਾਂ ਪਾਰਟੀਸ਼ਨ ਦੀ ਗੱਲ ਕਰੀਏ ਤਾਂ ਪਾਰਟੀਸ਼ਨ ਦੇ ਪਹਿਲਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਸਨ, ਇਹਨਾਂ ਸਾਰਿਆਂ ਮੌਜੂਦਾਂ 'ਤੇ ਆਪਾਂ ਗੱਲ ਕਰੀ ਦੀ, ਅਤੇ ਅੱਜ ਇਹਨਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਸਟੋਰੀ, ਇਹਨਾਂ ਦੀ ਜ਼ਬਾਨੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਚਾਚੀ, ਕੀ ਹਾਲ ਹੈ, ਠੀਕ ਠਾਕ ਹੋ? ਬਿਲਕੁਲ ਠੀਕ ਠਾਕ। ਬਾਬਾ ਜੀ ਕਹਿਣ ਨੂੰ ਦਿਲ ਨਹੀਂ ਕਰਦਾ, ਵਾਲ ਵੂਲ ਕਾਲੇ ਕੀਤੇ? ਬਾਬਾ ਜੀ ਹੁਣ ਆਏ ਤਾਂ ਬਾਬਾ ਹੀ ਆ, 2-4 ਦਿਨ ਬਾਬਾ ਰਹਿਣਾ ਮੁੜ ਕੇ ਫਿਰ। ਅਤੇ ਨਾਂ ਕੀ ਤੁਹਾਡਾ? ਮੇਰਾ ਨਾਂ ਅਬਦੁਲ ਕਾਦਰ। ਅਬਦੁਲ ਕਾਦਰ, ਅੱਬਾ ਜੀ ਦਾ? ਅਬਦੁਲ ਮਜੀਦ। ਅਬਦੁਲ ਮਜੀਦ, ਅਤੇ ਹੁਣ ਇਸ ਵੇਲੇ ਕਿੰਨੀ ਕੁ ਉਮਰ ਹੋਊ ਤੁਹਾਡੀ? ਮੈਂ 1776 ਦੀ ਮੇਰੀ ਪਲੈਸ਼ ਆ, ਅਤੇ ਤੁਸੀਂ ਖੁਦੋ ਹਿਸਾਬ ਕਰ ਲਓ ਕਿੰਨੀ ਆ। ਮੈਨੂੰ ਤਕਰੀਬਨ ਆਪਣੇ ਘਰ ਦਾ, ਆਪਣੇ ਬਿਲਕੁਲ ਜਿਹੜਾ ਸਾਡੇ ਹੈ ਸੀ ਉਹਦਾ ਪੂਰਾ ਪਤਾ। ਮੈਨੂੰ ਦਾਦੇ ਪੜਦਾਦੇ ਸਾਰਿਆਂ ਦਾ ਪਤਾ। ਕਿਹੜਾ ਸੀ ਪਿੱਛੇ ਪਿੰਡ ਆਪਣਾ? ਸਾਡਾ ਪਿੰਡ ਬਰੋਟੀ ਸੀ। ਬਰੋਟੀ ਇਹ ਸੱਤਾਂ ਦਾ ਪਿੰਡ ਸੀ ਜੀ। ਅਸੀਂ ਅਲੀ ਬਖਸ਼ ਜ਼ੈਲਦਾਰ ਦੀ ਔਲਾਦ ਹਾਂ। ਸਭ ਤੋਂ ਬੜਾ ਸੀ ਅਲੀ ਬਖਸ਼, ਸਭ ਤੋਂ ਛੋਟਾ ਸੀ ਰਹਿਮਤ ਅਲੀ।
ਇਹ ਸੱਤ ਭਾਈ ਸਨ। ਹਾਂਜੀ, ਜਿਹੜਾ ਅਲੀ ਬਖ ਸੀ ਉਹ ਬਰੋਟੀ ਤੋਂ ਕਿਲੋ ਦੋ ਕਿਲੋ ਮਾਰ ਫਾਸਲੇ ਪਿੰਡ ਸੀ, ਉਹ ਬਾਗ 'ਚ ਆ ਗਿਆ ਸੀ, ਸਾਨੂੰ ਬਾਗ ਵਾਲੇ ਸੱਦੇ ਸੀ। ਚਾਰ ਭਾਈ ਸੀ, ਗੁਲਾਮ ਮਹੀਉਦੀਨ, ਫਿਰੋਜ਼ਦੀਨ, ਜ਼ਹੂਰਦੀਨ ਅਤੇ ਨਸੀਰਦੀਨ। ਮੈਂ ਨਸੀਰਦੀਨ ਦਾ ਪੁੱਤ ਹਾਂ। ਇਹ ਸਨ 1890 'ਚ ਇਹ ਸਾਨੂੰ ਗੋਇਰਾ ਰਕਬਾ ਮਿਲਿਆ, 364 'ਚ। ਛਿਆਂ ਨੂੰ ਨਹੀਂ ਮਿਲਿਆ, ਬਾਕੀ 6 ਉੱਥੇ ਰਹੇ ਨੇ, ਉਹ ਪਿੰਡ 'ਚ ਨਹੀਂ ਸਨ। ਬਾਗ ਵਾਲਾ ਬਾਬਾ ਜ਼ੈਲਦਾਰ ਜਿਹੜਾ ਸੀ ਨਾ, ਉਹ ਸਾਨੂੰ ਸਾਡੇ ਹਮੇਸ਼ਾ ਲੈ ਕੇ ਤਾਂ ਆ ਗਿਆ ਬਾਈ ਨੂੰ, ਆਪਣੇ ਦਾਦੇ ਸਾਡੇ ਨੂੰ। 1890 'ਚ ਰਕਬਾ ਮਿਲਿਆ ਨਾ, ਸਾਡਾ ਪੜਦਾਦਾ ਜ਼ੈਲਦਾਰ ਸੀ, ਨੰਬਰਦਾਰ ਜ਼ੈਲਦਾਰ ਸੀ। ਇਹ ਜ਼ੈਲਦਾਰੀ ਦੇ ਅਲੀ ਬਖਸ਼ ਨਾਂ ਸੀ। ਇਹ 364 'ਚ ਰਕਬਾ ਜਿਹੜਾ ਨਾ ਜੀ, ਇਹ ਅਲੀ ਬਖਸ਼ ਨੂੰ ਮਿਲਿਆ। 6 ਦੂਸਰੇ ਜਿਹੜੇ ਸੀ ਨਾ, ਉਹ ਨਹੀਂ ਆਏ, ਉਹ ਪਿੰਡ 'ਚ ਰਹਿੰਦੇ ਸੀ। ਅਸੀਂ ਪਿੰਡ 'ਚ 2 ਕਿਲੋਮੀਟਰ ਦੇ ਪਾਸੇ ਬਾਗ, ਅਸੀਂ ਬਾਗ 'ਚ ਬਾਬਾ ਜੀ ਨੇ ਕੋਠੀ ਬਣਾਈ ਸੀ, ਅਸੀਂ ਬਾਗ ਦੇ ਵਾਲੇ ਸਾਨੂੰ ਸਾਡੇ ਹੁੰਦੇ ਸੀ। ਗੁਲਾਮ ਮਹੀਉਦੀਨ, ਫਿਰੋਜ਼ਦੀਨ, ਜ਼ਹੂਰਦੀਨ, ਨਸੀਰਦੀਨ, ਚਾਰ ਬੇਟੇ ਜਿਹੜੇ ਬਖਸ਼, ਅਸੀਂ ਬਾਗ 'ਚ ਆ ਗਏ। ਮੇਰੇ ਬਾਬਾ ਅਬਦੁਲ ਮਜੀਦ ਆ, ਕੁਛ ਅਸੀਂ ਉੱਧਰ ਹੁੰਦੇ ਸੀ, ਕਦੀ ਇੱਧਰ ਆਉਣਾ, ਸ਼ਾਦੀਆਂ ਸ਼ੂਦੀਆਂ ਤਕਰੀਬਨ ਅਸੀਂ ਨਾ ਉੱਥੇ ਜਾ ਕਰਦੇ ਹੁੰਦੇ ਸੀ, ਇੱਥੋਂ ਰੋਟੀਆਂ ਕਰਨੀਆਂ। 47 ਜਦੋਂ ਪਾਕਿਸਤਾਨ ਜਦੋਂ ਬਣਿਆ, ਤਾਂ ਉਦੋਂ ਫਿਰ ਸਾਰੇ ਅਸੀਂ ਆਪਣੇ ਘਰਾਂ 'ਚ ਆ ਕੇ ਬਹਿ ਗਏ। ਸਾਨੂੰ 64 ਰਕਬਾ ਨਹੀਂ ਇੱਥੇ ਮਿਲਿਆ, ਅਸੀਂ ਕਲੇਮ ਇੱਥੇ ਉਹਨਾਂ ਚਾਂ ਬੇਟਿਆਂ ਦੇ ਆਏ, ਅਸੀਂ ਆਪਣਾ ਕਲੇਮ ਰੀਮਦਾਰ ਖਾਂ ਲੈ ਗਏ, ਤੁਸੀਂ ਜ਼ਾਕਰਪੁਰ। ਦੂਜੇ ਗੁਲਾਮ ਮਹੀਉਦੀਨ, ਫਿਰੋਜ਼ਦੀਨ, ਜ਼ਹੂਰਦੀਨ ਨਾਲ ਹੀ ਚੱਕ ਆ, ਉੱਥੇ ਜ਼ਮੀਨ ਅਲਾਟ ਹੋਈ ਇੰਡੀਆ ਵਾਲੇ, ਅਤੇ ਇਹ ਸਾਨੂੰ ਪਹਿਲਾਂ ਮਰਬੇ ਆ। ਉਹ ਮੈਂ ਸੁਣਿਆ ਕਿਸੇ ਕੋਲੋਂ ਵੀ ਜਿਹੜਾ ਸਾਡਾ ਉਹ ਇੰਡੀਆ ਵਾਲਾ ਰਕਬਾ ਨਾ ਜੀ, ਉਹ ਸਿਆਲਕੋਟ ਦੇ ਕੋਲ ਸਰਦਾਰ ਆ, ਉਹਨੂੰ ਅਲਾਟ ਹੋਇਆ। ਮੈਨੂੰ ਇਹ ਸ਼ੌਕ ਆ ਕਿ ਆਪਣਾ ਪਿੰਡ ਲਿਖਾਂ, ਮੈਂ ਪਿੰਡ ਪੂਰੇ ਨੂੰ ਆਪਣੇ ਘਰ ਨੂੰ ਪਛਾਣ ਸਕਦਾ, ਕਿਸ ਤਰ੍ਹਾਂ ਸਾਡੀਆਂ ਹਵੇਲੀਆਂ ਸੀਆਂ, ਚੌਂ ਬੇਟੀਆਂ ਦੀਆਂ, ਕਿਸ ਤਰ੍ਹਾਂ ਸਾਡਾ ਘਰ ਸੀ। ਇਹ ਸਾਰੀ ਚੀਜ਼ ਜਿਹੜੀਆਂ ਮੈਨੂੰ ਬਿਲਕੁਲ ਮੇਰੇ ਜ਼ਿਹਨ 'ਚ ਨਾ ਕੰਪਿਊਟਰ ਵਾਂਗੂ ਚੱਲਦੀ ਹੈ। ਇੱਕ ਸ਼ੌਕ ਆਇਆ ਦਿਲ 'ਚ ਵੀ ਯਾਰ, ਪੈਦਾ ਤਾਂ ਬਿਲਕੁਲ ਨਾਰਾ ਅਤੇ ਡਾੜਾ ਦੋ ਪਿੰਡ ਕੋਲ ਹੀ ਹੈ, ਉੱਥੇ ਸਾਡੇ ਨਾਨਕੇ ਨਾਰੇ ਮੇਰੇ ਨਾਨਕੇ ਸੀ, ਪੈਦਾ ਮੈਂ ਉੱਥੇ ਹਾਂ ਨਾਰੇ। ਨਾਨਾ ਜੀ ਦਾ ਕੀ ਨਾਂ? ਰਹਿਮਤ ਅਲੀ। ਅੱਛਾ, ਰਹਿਮਤ ਅਲੀ। ਅਤੇ ਨਾਰਾ ਡਾਰਾ ਦੇ ਦੱਸਿਆ, ਅਤੇ ਬਰੋਟੀ ਦੇ ਲਾਗੇ ਲਾਗੇ ਹੋਰ? ਬਰੋਟੀ ਨਾਲ ਚੁਹਾਲ, ਚੁਹਾਲ ਬਰੋਟੀ ਨਾਰਾ ਡਾੜਾ, ਇੱਕ ਪਿੰਡ ਹੋਰ ਵੀ ਸੀ ਗੁੱਜਰਾਂ ਦਾ ਦੱਸ ਦਿੰਦੇ ਸੀ, ਅਰਨੇ ਵਾਲਾ, ਉਹ ਜਿਹੜਾ ਬਰੋਟੀ ਪਿੰਡ ਆ ਨਹੀਂ, ਉਹ ਆਖਰ ਦੇ ਉੱਤੇ ਸੀ, ਯਾਨੀ ਪਹਾੜ ਆ ਉੱਥੋਂ ਗਾਂ ਪਹਾੜ ਹੀ ਸਨ, ਸਾਨੂੰ ਪਹਾੜੀ ਲੋਕ ਵੀ ਸਾਡੇ ਹੁੰਦੇ ਸਨ। ਅਤੇ ਉਂਝ ਵੇ ਵਿੱਚ ਚਾਰ ਪੰਜ ਕਿਲੋਮੀਟਰ ਹੁਸ਼ਿਆਰਪੁਰ ਸਾਡੇ ਤੋਂ ਹੈ ਸ਼ਹਿਰ, ਜ਼ਿਆਦਾਤਰ ਅਸੀਂ ਇੱਥੇ ਰਹਿੰਦੇ ਸੀਗੇ, ਕੁਛ ਉੱਥੇ ਰਹਿੰਦੇ ਸੀ। ਅਸੀਂ ਫਿਰ ਅਸੀਂ ਵੈਸੇ ਮੁਹਾਜਰ ਹੋ ਕੇ ਆਏ ਹਾਂ, ਕਿ ਮੇਰੇ ਅੱਬਾ ਹੀ ਪਹਿਲਾਂ ਉੱਥੇ ਆਏ ਸੀ, ਕੋਈ ਬੀਜਵਾ ਲੈਣ ਆਪਣੇ ਅਸੀਂ ਗੋਇਰਿਓ, ਕਦੀ ਆ ਜਾਣਾ ਕਦੀ ਚਲ ਜਾਣਾ। ਦੋ ਬੇਟੇ ਅਸੀਂ ਗੁਲਾਮ ਮਹੀਉਦੀਨ ਅਤੇ ਫਿਰੋਜ਼ਦੀਨ, ਉਹ ਇੰਡੀਆ ਇੱਥੇ ਬਰੋਟੀ, ਜ਼ਹੂਰਦੀਨ ਅਤੇ ਨਸੀਰਦੀਨ ਇਹ ਇੱਥੇ ਗੋਜਰੇ ਗੋਜਰੇ ਇਹਨਾਂ ਨੇ ਕਿਤੇ ਸਾਲ ਛਮਾਈ ਆਉਣਾ ਵੀ ਅਤੇ ਜਾਣਾ ਵੀ। ਜ਼ਹੂਰਦੀਨ ਤਕਰੀਬਨ ਪੱਕਾ ਰਹਿੰਦਾ ਸੀ, ਮੇਰਾ ਦਾਦਾ ਕਦੀ ਆ ਜਾਣਾ ਕਦੀ ਚਲ ਜਾਣਾ। ਮੇਰਾ ਦਾਦਾ ਜਿਹੜਾ ਉਹਦਾ ਇੱਕੋ ਬੇਟਾ ਸੀ ਅਬਦੁਲ ਮਜੀਦ, ਅੱਗੋਂ ਮੈਂ ਵੀ ਇਕੱਲਾ ਹੀ ਹਾਂ, ਅਬਦੁਲ ਮਜੀਦ ਦਾ ਮੈਂ ਵੀ ਇਕੱਲਾ ਹੀ, ਅਬਦੁਲ ਮਜੀਦ, ਨਸੀਰਦੀਨ, ਅੱਗੇ ਨਸੀਰਦੀਨ ਤੋਂ ਅੱਗੇ ਆ ਗਿਆ ਅਲੀ ਬਖਸ਼, ਅਲੀ ਬਖਸ਼ ਤੋਂ ਬਾਅਦ ਅਲਾਈ ਬਖਸ਼, ਉਹ ਪਿੰਡ ਸਹੀ ਮੈਨੇ 'ਚ ਅਲਾਈ ਬਖਸ਼ ਦਾ, ਅਲਾਈ ਬਖਸ਼ ਦੇ ਸੱਤ ਬੇਟੇ, ਸੱਤ 6 ਉੱਥੇ ਰਹਿ ਗਏ, ਉਹ ਨਹੀਂ ਆਏ ਸਾਡਾ 47 ਆਪਣੇ ਜਦੋਂ ਬਾਰ ਬਾਰ ਹੋਈ ਹੈ। ਜਿਹੜਾ ਅਲੀ ਬਖਸ਼ ਸੀ ਉਹ ਆਇਆ, ਉਹ ਦੱਸਦੇ ਵੀ ਡਿਜਕੋਟ ਹੈਡਕੁਆਟਰ ਡਿਜਕੋਟ ਸੀ, ਇੱਥੇ ਸ਼ਾਹਕੋਟ, ਸ਼ਾਹਕਾਟ ਦਾ ਡਿਜਕੋਟ, ਡਿਜਕੋਟ ਤੋਂ ਬਾਅਦ 1890 'ਚ ਸਾਨੂੰ ਇਹ ਰਕਬਾ ਗੋਜਰਾ ਮਿਲਿਆ। ਉੱਥੇ ਤਾਂ ਉੱਥੇ ਸਾਡੇ ਅਸੀਂ ਆਉਣ ਜਾਣੀ ਸੀ। ਨਾਰਾ ਜਿਹੜਾ ਸੀ ਮੇਰੇ ਨਾਨਕੇ ਸੀ, ਡਾੜਾ ਮੇਰੇ ਬਾਪ ਦੇ ਨਾਨਕੇ ਸੀ, ਚੁਹਾਲ ਮੇਰੀ ਗੋਪੀ ਵੈ ਸੀ, ਨਾਲ ਪਿੰਡ ਚੁਹਾਲ ਵੀ ਹੋਏ। ਉਹ ਹੁਣ ਪਿੰਡ ਤਾਂ ਮੈਂ ਉਦੋਂ ਛੋਟਾ ਸੀ ਨਹੀਂ ਦੇਖਿਆ, ਆਪਣੇ ਘਰ ਦੇ ਮੁਤਲਕ ਤਾਂ ਮੈਨੂੰ ਪੂਰਾ ਪਤਾ ਨਾ। ਸਾਡੇ ਕੋਲ ਬਗੈਰਾ ਛਿਜਿਆ ਰਾਜਪੂਤ ਨਾਰੂ ਅਸੀਂ ਹੈਗੀਆਂ, ਐਵੇਂ ਨਹੀਂ ਆ ਪਿੰਡ ਤੋਂ ਰਾਜਪੂਤ ਨਹੀਂ ਬਣੇ। ਸਾਡੇ ਕੋਲ 19 ਪੁਸ਼ਤਾਂ ਤੋਂ ਅਸੀਂ ਪਹਿਲਾਂ ਅਸੀਂ ਹਿੰਦੂ ਸੀ, ਜਹਾਂਗੀਰ ਬਾਦਸ਼ਾਹ ਦੇ ਵਕਤ 'ਚ ਸਾਡੇ ਬਜ਼ੁਰਗਾਂ ਨੇ ਇਸਲਾਮ ਕਬੂਲ ਕੀਤਾ, ਅਤੇ ਫਿਰ ਅਸੀਂ ਬਦਸੂਰ 6-7 ਪੁਸ਼ਤਾਂ ਤੋਂ ਅਸੀਂ ਫਿਰ ਮੁਸਲਮਾਨ। ਅਤੇ ਇਹ ਸਾਡਾ ਜਿਹੜਾ ਪੜਦਾਦਾ ਸੀ ਇਹ ਸੀ ਸੱਤ ਭਾਈ, ਬੜਾ ਅਲੀ ਬਖਸ਼ ਖਾਂ ਸੀ, ਛੋਟਾ ਨਾ ਰਹਿਮਤ ਅਲੀ ਸੀ, ਰਹਿਮਤ ਅਲੀ ਵਜ਼ੀਰ ਅਲੀ, ਵਜ਼ੀਰ ਅਲੀ ਤੋਂ ਬਰਕਤ ਅਲੀ, ਇਹ ਸਾਡੇ ਬਾਬੇ ਸੀ ਦੂਸਰੇ, ਦੋਂਕ ਦਾ ਨਾਮ ਮੈਨੂੰ ਹੋਰ ਆਉਂਦਾ ਨਹੀਂ ਗਾ। ਅਤੇ ਇਹ ਉਹਨਾਂ ਦੀ ਔਲਾਦ ਜਿਹੜੀ ਆ ਉਹ ਟੋਟਲ ਮਹਾਜਰ ਆ, ਅਸੀਂ ਜਿਹੜੇ ਹਾਂ
ਅਸੀਂ ਅੱਧੇ ਮਹਾਜਨ ਲੋਕਾਂ ਨੂੰ। ਅੱਛਾ ਹੁਣ ਤੁਸੀਂ ਅੱਜ ਆਏ ਮਿਲਣ ਵਾਸਤੇ ਆਏ ਅਤੇ ਕੀ ਮਕਸਦ ਕੀ ਆਪਣਾ? ਮੇਰਾ ਮਕਸਦ ਸਿਰਫ ਇਹ ਹੈ ਵੀ ਮੈਂ ਪੂਰੀ ਦੁਨੀਆ ਕਰਕੇ ਦੇਖੀ ਹੈ ਜੀ। ਮੇਰਾ ਮਕਸਦ ਹੈ ਕਿ ਮੈਂ ਆਪਣੀ ਜਿਹੜਾ ਆਪਣੇ ਬਾਪ ਦਾਦੇ ਦਾ ਉਹ ਘਰ ਦੇਖ ਕੇ ਆਵਾਂ, ਐਵੇਂ ਖਾਸ਼ ਆਉਂਦੀ ਦਿਲ ਦੇ ਵਿੱਚ। ਹਾਲਾਂਕਿ ਮੇਰਾ ਬੇਟਾ ਕਨੇਡਾ, ਬੇਟੀਆਂ ਮੇਰਾ ਕਨੇਡਾ, ਉਹ ਵੀ ਮੇਰੀ ਕੋਸ਼ਿਸ਼, ਮੈਂ ਕਿਹਾ ਮੇਰੀ ਉੱਥੋਂ ਕਰਿਓ। ਮੇਰੇ ਦਿਲ 'ਚ ਖਾਸ਼ ਆ ਕਿ ਮੈਂ ਆਪਣਾ ਘਰ, ਆਪਣਾ ਵਤਨ, ਵਤਨ ਤਾਂ ਚਲੋ ਹੁਣ ਇੱਡਾ ਲੰਮਾ ਚੌੜਾ ਕਿਸੇ ਨੇ ਕੀ ਦੇਖਣ ਦੇਣਾ, ਮੈਂ ਆਪਣਾ ਪੂਰਾ ਪਿੰਡ ਦੇਖਾਂ ਔਰ ਉੱਥੇ ਦੇ ਬੰਦੇ ਜਿਹੜੇ ਕੋਈ ਮੇਰੀ ਉਮਰ ਦੇ ਹੋਣਗੇ ਕਿ ਉਹਨਾਂ ਕੋਲ ਬੁਰਾ ਮੇਰੇ ਕੋਲ ਪੁੱਛਣ, ਸ਼ਾਇਦ ਉਹਨਾਂ ਨੂੰ ਪੂਰਾ ਵੀ ਨਹੀਂ ਪਤਾ ਹੋਵੇ ਜਿਹੜਾ ਮੈਂ ਦੱਸਾਂਗਾ ਉਹਨਾਂ ਨੂੰ, ਕਿਉਂ ਮੈਂ ਆਪਣੇ ਘਰ ਨੂੰ ਪੂਰੇ ਨੂੰ ਸਮਝਣਾ ਆ, ਜਾਣਦਾ ਹਾਂ ਔਰ ਮੈਂ ਖਾਸ਼ ਆ ਵੀ ਮੈਂ ਆਪਣਾ ਨਾ ਉਮਰ ਦੇ ਆਖਰੀ ਹਿੱਸੇ 'ਚ ਆ ਗਏ ਆ, ਮਤਲਬ ਆਪਣਾ ਘਰ ਦੇਖੀਏ। ਬਾਕੀ ਤਾਂ ਫਿਰ ਇਹ ਆ ਬਈ ਹੋਰ ਮੇਰੇ ਜਾਣ ਦੀ ਕਦੇ ਖਾਹਿਸ਼ ਹੋਣੀ, ਜ਼ਿਆਦਾ ਕੋਈ ਕੁਛ ਹੋਵੇ ਕਿ ਨਾਲ ਚੌਹਾਲ ਪਿੰਡ ਆ ਉਹ ਨਾਲ ਹੀ ਹੈਗਾ, ਉੱਥੇ ਕੋਲ ਜਾ ਲੈ ਜਾਓ ਜਾਂ ਇਜਾਜ਼ਤ ਹੋਊ ਗੌਰਮੈਂਟ ਅਤੇ ਮੈਂ ਉੱਥੇ ਵੀ ਜਾ, ਮੈਨੂੰ ਮੈਂ ਉਹ ਵੀ ਦੇਖ ਸਕਦਾ ਹਾਂ। ਹੋਰ ਮੇਰੀ ਕਾਹਲੀ ਖਾਹਿਸ਼ ਹੈਗੀ ਹੈ ਸਿਰਫ ਮੈਂ ਆਪਣਾ ਪਿੰਡ ਆ ਪਿਛੜਾ ਪਿੰਡ, ਅਤੇ ਉੱਥੇ ਪੁਰਾਣੇ ਕੋਈ ਬੈਠੇ ਹੋਣਗੇ ਨਾ, ਤਕਰੀਬਨ ਮੇਰੇ ਸਾਡੇ ਪਿੰਡ ਵਿੱਚ ਮੁਸਲਮਾਨ ਪੁਲਿਸ਼, ਹੋਰ ਨਾ ਕੋਈ ਮਾਲਕ ਸਿੰਘ, ਅਲਾਈ ਬਖਸ਼ ਦੀ ਔਲਾਦ ਮਾਲਕ ਸੀ, ਜਿਹੜੇ ਵੀ ਹੋਣਗੇ ਮੈਨੂੰ ਨਹੀਂ ਪਤਾ ਉਹ ਇੱਕ ਦੋ ਘਰ ਹੋਣਗੇ, ਹੋਰ ਕੋਈ ਮੁਸਲਮਾਨ ਨਹੀਂ ਸੀ, ਜਾਂ ਕੋਈ ਇੱਕ ਦੋ ਘਰ ਗੁਜਰਾਂ ਦੇ ਸੀ, ਉਹ ਵੀ ਬੇਮਾਲਕ ਮਾਲਕ ਹੀ ਅਸੀਂ ਸਾਂ ਉਸ ਪਿੰਡ ਦੇ ਮਰੂਠੀ ਦੇ, ਕਿਉਂਕਿ ਅਲੀਬਾਗ ਜਿਹੜਾ ਸੀ ਉਹ ਵੱਡਾ ਸੀ, ਜ਼ੈਲਦਾਰ ਸੀ, ਜ਼ੈਲਦਾਰੀ ਵੀ ਸਾਨੂੰ ਕਿਸੇ ਗੁਜਰਾਂ ਕੋ ਆਈ ਸੀ ਸਾਡੇ ਬਾਬਿਆਂ ਨੇ, ਉਹ ਫਿਰ ਸਾਡੇ ਬਾਬਾ ਜੀ ਫੌਤ ਹੋਏ ਅਲੀਬਾਗ 1905 ਫੌਤ ਹੋਏ, 1905 ਜ਼ੈਲਦਾਰੀ ਫਿਰ ਦੁਬਾਰਾ ਵਾਪਸ ਗੁਜਰਾਂ ਚਲੇ ਗਏ, ਸਾਡੇ ਪੜਦਾਦਾ ਜੀ ਅਲੀਬਾਗ 1905 ਫੌਤ ਹੋਇਆ, ਗੁਲਾਮ ਉਦੀਨ 1933 ਫੌਤ ਹੋਇਆ, ਮੇਰਾ ਦਾਦਾ ਇੱਥੇ ਗੋਇਰੇ ਫੌਤ ਹੋਇਆ 1951 'ਚ, ਦਾਦੇ ਤੋਂ ਬੜਾ ਫੌਤ ਹੋਇਆ 1956 'ਚ, ਚਾਰ ਭਾਈ ਸਾਹਿਬ ਇਹ ਚਾਰੇ ਇੱਥੇ ਫੌਤ ਹੋਏ ਨੇ, ਉੱਥੇ ਫੌਤ ਹੋਈ ਸੀ ਮੇਰੀ ਭੋਪੀ, ਇੱਕ ਮੇਰਾ ਚਾਚਾ ਵੀ ਦੱਸਦੇ ਹੁੰਦੇ ਵੀ ਕੋਈ ਅਬਦੁਲ ਅਮੀਰ ਛੋਟਾ ਜਿਹਾ ਸੀ ਅਤੇ ਜਾਂ ਸਾਡੇ ਪੜਦਾਦਾ ਜੀ, ਬਾਕੀ ਕਵਨਾ ਸਾਡੀਆਂ ਇੱਥੇ ਹੀ ਆ। ਅੱਛਾ ਦਿਲ ਤਾਂ ਕਰਦਾ ਆਪਣਾ ਪਿੱਛੇ ਜਾਣ ਨੂੰ, ਅਤੇ ਹੁਣ ਤੱਕ ਕਿਉਂ ਟਰਾਈ ਨਾ ਕੀਤੀ, ਕਿਉਂਕਿ ਉਹਨਾਂ ਦੇ ਵੀ ਵੀਜ਼ਾ ਨਹੀਂ ਲੱਗਣਾ ਜਾਂ ਕੀ? ਉਹ ਇਹੀ ਸੋਚਦੇ ਨੇ ਵੀ ਮੁਲਕੀ ਹਾਲਾਤ ਉਹਨਾਂ ਦੇ ਸਿਆਸਤਾਂ ਨੇ ਵਾਲਿਆਂ ਨੇ ਕਿ ਜੋ ਵੀ ਹੈਗੇ ਆ, ਅਸੀਂ ਕੀ ਕਹਿ ਸਕਦੇ ਹਾਂ, ਵੀਜ਼ਾ ਨਹੀਂ ਲੱਗਣਾ, ਕਦੀ ਵੀਜ਼ਾ ਮਿਲ ਜਾਏ ਜਾਂ ਕੋਈ ਮੇਰਾ ਗਰੰਟਰ ਬਣੇ ਇੱਥੇ ਦੀ, ਜਿਸ ਤਰ੍ਹਾਂ ਦੀ ਗਰੰਟੀ ਕੋਈ ਕਹੇ ਨਾ, ਮੈਂ ਪਾਕਿਸਤਾਨ 'ਚੋਂ ਹਰ ਤਰ੍ਹਾਂ ਦੀ ਗਰੰਟੀ ਦੇਣ ਤਿਆਰ ਹਾਂ, ਲੇਕਿਨ ਨਾ ਤਾਂ ਸਾਡਾ ਕੋਈ ਰਿਸ਼ਤੇਦਾਰ ਆ ਉੱਥੇ, ਉੱਥੇ ਕੋਈ ਦੋਸਤ ਤਲਕਾਰ ਵੀ ਕੋਈ, ਉਹ ਬਜ਼ੁਰਗ ਦਾ ਫੌਤ ਹੋ ਗਿਆ ਜਿਹਨਾਂ ਦਾ ਕੋਈ ਹੋਊਗਾ, ਸਾਡਾ ਤਾਂ ਹੁਣ ਉੱਥੇ ਵੀ ਕੋਈ ਨਹੀਂ ਗਾ, ਉਹ ਆਪਣਾ ਹੋਵੇ ਤਾਂ ਫਿਰ ਸਾਡੀ ਉਹ ਹਰ ਤਰ੍ਹਾਂ, ਬਾਕੀ ਮੈਨੂੰ ਹਰ ਤਰ੍ਹਾਂ ਦਾ ਪੁੱਛਣ ਸ਼ੱਕ ਨਹੀਂ, ਉੱਥੋਂ ਤਾਂ ਹੁਣ ਤੁਹਾਡੀ ਵੀਡੀਓ 'ਤੇ ਉੱਥੇ ਤੱਕ ਬਰੋਟੀ ਤੱਕ ਪਹੁੰਚ ਜਾਣੀ ਵੀ ਇਹਦੇ ਹੋਣੇ ਪਿੰਡ ਦੇ ਜਿਹੜੇ ਵੇਖਣਗੇ ਲੋਕ, ਹਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਆਪਣੀ ਜ਼ਿੰਮੇਵਾਰੀ ਦੇ, ਕੋਈ ਗਰੰਟਰ ਬਣ ਕੇ ਮੈਨੂੰ ਵੀਜ਼ਾ ਦੇ ਦਵਾ ਦੇਣ, ਵੀਜ਼ਾ ਤਾਂ ਗੌਰਮੈਂਟ ਦੇਣਾ, ਅਤੇ ਮੈਂ ਸਿਰਫ ਆਪਣਾ ਪਿੰਡ ਜਿਹੜਾ ਨਾ ਉਹ ਫਿਰ ਤੁਰ ਕੇ ਦੇਖ ਲਵਾਂ, ਦਿਹਾੜੀ ਤੋਂ ਮੈਂ ਰਵਾਂ, ਹਰ ਤਰ੍ਹਾਂ ਦਾ ਖਰਚਾ ਮੈਂ ਕਰਾਂਗਾ, ਮੈਂ ਗੱਡੀ ਛੱਡੀ ਲੈ ਕੇ ਉੱਥੋਂ ਪੂਰੀ, ਉਸ ਕੋਈ ਉਹਨਾਂ 'ਤੇ ਬੋਝ ਨਹੀਂ, ਕੋਈ ਬਿਸ਼ੱਕ ਮੇਰੇ ਨਾਲ ਇੱਕ ਦੋ ਬੰਦੇ ਹੋਟਲ ਵੀ ਠਹਿਰਨਾ ਚਾਹੁਣ, ਮੈਂ ਹੁਸ਼ਿਆਰਪੁਰ ਹੋਟਲ 'ਚ ਲੈ ਕੇ ਠਹਿਰਾਵਾਂਗਾ, ਲੇਕਿਨ ਮੇਰੀ ਗਰੰਟੀ ਕੋਈ ਦੇਣ ਵਾਲਾ ਹੋਵੇ ਉਸ ਪਿੰਡ ਦੇ ਵਿੱਚ, ਜਿਹਦੇ ਕੋਲ ਮੈਂ ਜਾ ਕੇ ਠਹਿਰਨਾ, ਜਿਹਨੂੰ ਮੈਂ ਆਪਣਾ ਸੁਣਾਉਣਾ, ਔਰ ਉਸ ਬੰਦੇ ਨੂੰ ਵੀ ਪੂਰਾ ਸ਼ਾਇਦ ਨਾ ਪਤਾ ਹੋਊ ਜਿਹੜਾ ਉਹਨੂੰ ਮੈਂ ਦੱਸੂੰਗਾ, ਅਤੇ ਮੈਂ ਕਿਹੜਾ ਪੁੱਤ ਆਇਆ, ਕਿਹੜਾ ਮੈਂ ਦੁੱਧ ਆਇਆ, ਕਿਹੜਾ ਮੇਰਾ ਪਿੰਡ ਵਾ, ਕਿਹੜਾ ਮੇਰਾ ਖਾਨਦਾਨ ਆ, ਕਿਹੜੀ ਮੇਰੀ ਜਗ੍ਹਾ ਆ, ਕਿਹੜੀ ਮੇਰੀ ਹਵੇਲੀ ਆ, ਕਿਹੜਾ ਮੇਰਾ ਘਰ ਵਾ, ਹਰ ਤਰ੍ਹਾਂ ਮੈਂ ਦੱਸਾਂਗਾ, ਆਹ ਮੇਰੀ ਘਰ, ਆਹ ਮੇਰਾ ਤਾਇਰ ਆ, ਦੂਜਾ ਘਰ ਆਹ, ਉਹਦਾ ਘਰ ਆਹ ਘਰ, ਆਹ ਹਵੇਲੀਆਂ, ਆਹ ਨਸੀਰਦੀਨ, ਆਹ ਗੁਲਾਮਦੀਨ, ਆਹ ਫਿਰੋਜ਼ਦੀਨ, ਆਹ ਜ਼ਹੂਰਦੀਨ, ਚਾਰ ਹਵੇਲੀਆਂ ਜਾਣ ਰਹੀਆਂ, ਬਾਗ ਵਾਲੇ ਸਾਨੂੰ ਸਾਡੇ ਹੁੰਦੇ ਅਤੇ ਉਹ ਉਸ ਲਈ ਜਿਹੜੇ ਆ ਅਸੀਂ ਉਹਨਾਂ ਨੂੰ ਉੱਪਰ ਆਏ ਕਹਿਣਾ, ਸ਼ਾਦੀਆਂ ਵਿਆਹਾਂ 'ਚ ਅਸੀਂ ਇਕੱਠੇ ਹੁੰਦੇ ਸੀਗੇ ਅਕਸਰ ਨਾ, ਉਹ ਜਦੋਂ ਸ਼ਾਦੀ ਵਿਆਹ ਕਰਨੇ ਫਿਰ ਸਾਰਿਆਂ ਨੇ ਇੱਥੋਂ ਚੱਲ ਜਾਣਾ, ਉੱਪਰੋਂ ਬਾਬਿਆਂ ਨੇ ਵਿਆਹ ਜਾਣਾ, ਸ਼ਾਦੀ ਵਿਆਹ ਸੀ ਤਕਰੀਬਨ ਉੱਥੇ ਜ਼ਿਆਦਾ ਉੱਥੇ ਕੀਤੀ, ਅਤੇ ਬਾਬ ਮੇਰਾ ਨਾਰੇ ਵਿਆਹ ਸੀ। ਹੁਣ ਸੁਣਾ ਬਰੋਟੀ ਵਾਲਿਆਂ ਨੂੰ ਇਹੀ ਆ, ਬਰੋਟੀ ਵਾਲਿਆਂ ਨੂੰ ਸੁਣਾ ਇਹ ਵੀ ਕੋਈ ਵਹਿੰਦਾ ਹੋਵੇ ਅਤੇ ਕੋਈ ਸਪੋਂਸਰ ਦਾ ਕੋਈ ਸਪੋਂਸਰ ਕਰ ਸਕਦਾ, ਇੰਨਾ ਸ਼ੌਕ ਕਿਉਂ ਪਿੰਡ ਵਿੱਚ? ਮੈਨੂੰ ਸ਼ੌਕ ਇਹ ਆ ਕਿ ਮੈਂ ਦੇਖ ਲੈਣਾ ਜੀ ਵੀ ਸਾਡਾ ਪਿੰਡ ਬਰੋਟੀ, ਇੱਕ ਦਿਨ ਟੀ ਵੀ 'ਤੇ ਆਇਆ ਆਪਣਾ ਮੂਵੀ, ਉੱਥੋਂ ਸਾਡਾ ਕੋਈ ਅਜ਼ੀਜ਼ ਬੰਦਾ ਹੈ ਨਾ ਬਰੋਟੀ ਗਿਆ ਅਮੈਰੀਕਾ ਤੋਂ, ਉਹਨੂੰ ਜਾ ਕੇ ਤਾਂ ਬਣਾਇਆ ਮੇਰੇ ਕੋਲ ਆ, ਉਸ ਪਿੰਡ 'ਤੇ ਜਾ ਕੇ ਬਣਾਉਂਦਾ ਅਤੇ ਪੁਰਾਣੇ ਬਾਬੇ ਨੂੰ ਬਹਾਲ ਦੇ ਕੋਲ, ਉਹ ਫਿਰ ਕਹਿੰਦਾ ਹਾਂ ਜੀ ਬਾਬਾ ਜੀ ਤੁਸੀਂ ਦੱਸੋ, ਜਿੱਦਾਂ ਤੁਸੀਂ ਕਹਿੰਦੇ ਗਏ ਹੋ ਤੁਸੀਂ ਦੱਸੋ ਜੀ ਪੁਰਾਣੇ 47 ਦੇ ਬੰਦਿਆਂ ਨੇ ਕੁਛ ਨਾ ਜਾਣਦੇ ਹੋ,
ਉਹ ਕਹਿੰਦਾ ਜੀ ਹਾਂ ਉਹ ਬਾਬਾ ਕਹਿੰਦੇ ਕਿ ਜ਼ੁਬਾਨ ਵੀ ਥੋੜ੍ਹੀ ਥਥਲ ਆਵੇ ਉਹਦੀ ਨਾਂ ਵੀ ਉਹਨੂੰ ਦੱਸਿਆ ਆਪਣਾ ਉਹਨੂੰ ਕਿ ਆਹ ਵਜ਼ੀਰ ਆ ਰਹੇ ਆਹ ਸੀ ਜਿਹੜਾ ਸੀ ਨਿਆਜ ਨਿਆਜ ਦਾ ਹਵੇਲੀ ਹਾਤਾ ਸੀ ਆਹ ਅਬਦੁਰਮਾਨ ਉੱਤੇ ਹੁੰਦਾ ਸੀ ਸਾਡਾ ਬਾਬਾ ਲੱਗਦਾ ਅਬਦੁਰਮਾਨ ਮੇਰੇ ਨਾਲ ਹੁੰਦਾ ਸੀ ਆਹ ਬਾਗ ਵਾਲੇ ਹੁੰਦੇ ਸੀ ਬਾਗ ਵਾਲੇ ਇਹ ਵਿਆਹ ਵੂਹ ਕਰਕੇ ਚੱਲ ਜਾਂਦੇ ਹੁੰਦੇ ਸੀ ਉਹ ਬਾਬਾ ਕਹਿਣ ਡਿਆ ਇਹ ਸਿੱਖ ਹਿੰਦੂ ਆ ਕੋਈ ਵੀ ਵਿਆਹ ਵੂਹ ਕਰਕੇ ਚੱਲ ਜਾਂਦੇ ਹੁੰਦੇ ਸੀ ਵਾਪਸ ਆਹ ਬਾਗ ਵਾਲੇ ਨੇ ਨਾ ਨਹੀਂ ਕਹਿੰਦਾ ਸੀ ਜਾਣਦੇ ਉਹਨਾਂ ਦੇ ਉਹ ਮੈਨੂੰ ਸ਼ੌਕ ਆ ਗਿਆ ਵੀ ਮੈਨੂੰ ਪੁੱਛਦਾ ਨਾ ਕਦੀ ਵੀ ਮੈਂ ਬਾਗ ਵਾਲੇ ਦੱਸੀ ਸਾ ਸਾਨੂੰ ਬਾਗ ਵਾਲੇ ਸਾਡੇ ਹੁੰਦੇ ਸੀ ਕਿਉਂ ਤੁਹਾਡਾ ਬਾਬਾ ਬਾਗ ਜਾ ਕੇ ਘਰ ਬਣਾ ਲਿਆ ਸੀ ਉੱਥੇ ਸੀ ਅਤੇ ਸ਼ੌਕ ਇਹ ਹੈ ਵੀ ਬਾਪ ਦਾਦੇ ਪੈਦਾ ਉੱਥੇ ਹੋਏ ਇਹ ਤਾਂ 47 ਦੀਆਂ ਵੰਡਾਂ ਹੋ ਗਈਆਂ ਅਤੇ ਮੁੰਡ ਅਲਹਦਾ ਹੋ ਗਿਆ ਅਤੇ ਬਾਕੀ ਬਹੁਤ ਸ਼ੌਕ ਉੱਥੇ ਦੇ ਵੀ ਲੋਕ ਜਿਹੜੇ ਆਉਂਦੇ ਨਾ ਜੀ ਉਹ ਵੀ ਆ ਕੇ ਬੜਾ ਕੁਛ ਦੇਖਦੇ ਆ ਲੇਕਿਨ ਮਜਬੂਰੀਆਂ ਬਰੋਟੀ ਦਾ ਕੋਈ ਬੰਦਾ ਗਰੰਟਡ ਉੱਥੇ ਦੇ ਅੱਜ ਕੱਲ੍ਹ ਚੱਲਦਾ ਸਰਪੰਚ ਸਰਪੰਚ ਕੋਈ ਇਸ ਚੀਜ਼ ਦੀ ਮੇਰੀ ਮੂਹਰੀ ਵੀਡੀਓ ਦੇਖਦਾ ਹੋਵੇ ਸਰਪੰਚ ਮੇਰੀ ਮੇਰੇ ਕੋਲ ਹਰ ਤਰ੍ਹਾਂ ਦਾ ਮੇਰੇ ਕੋਲ ਗਰੰਟੀ ਲਵੇ ਮੈਨੂੰ ਪਿੰਡ ਮੇਰਾ ਵਿਖਾ ਦੇ ਉਹ ਮੈਨੂੰ ਪਿੰਡ ਵਿਖਾ ਦੇਵੇ ਔਰ ਮੈਂ ਉਹਦਾ ਮਹਿਮਾਨ ਬਣਾਂਗਾ ਮੈਨੂੰ ਉਹ ਕੋਈ ਐਸਾ ਐਸੀ ਵੈਸੀ ਗੱਲ ਨਹੀਂ ਖਰਚਾ ਮਰਚ ਗੱਡੀ ਹਰ ਸ਼ਾ ਮੇਰੀ ਆਪਣੀ ਹੋਵੇਗੀ ਮੈਂ ਨਾ ਨਾ ਬੋਝ ਨਹੀਂ ਬਣਨਾ ਉਹ ਸਗੋਂ ਮੇਰੇ 'ਤੇ ਮੈਨੂੰ ਮੈਨੂੰ ਕਹਿਣ ਮੈਂ ਨਾਲ ਮੈਨੂੰ ਆਪਣਾ ਪਿੰਡ ਵਿਖਾ ਦੇਵੇ ਫੇਰ ਤੁਰ ਕੇ ਮੈਨੂੰ ਸਾਰੀਆਂ ਗੱਲਾਂ ਪੁੱਛੇ ਔਰ ਮੈਨੂੰ ਆਪਣਾ ਘਰ ਦਿਖਾ ਦੇ ਮੈਂ ਬਸ ਇਹੀ ਸ਼ੌਕ ਰੱਖਦਾ ਹੋਰ ਉੱਥੇ ਕੀ ਦੇਖਣਾ ਹੈਗਾ ਇਹ ਸ਼ਹਿਰ ਦੇ ਵਿੱਚ ਹੁਸ਼ਿਆਰਪੁਰ ਦੇ ਸੁਣੇ ਸਾਡੇ ਬਜ਼ੁਰਗ ਦੱਸ ਜੀ ਉੱਥੇ ਇੱਕ ਹੈ ਸੀ ਪਰ ਉਹ ਸਾਨੂੰ ਹਿੰਦੂਆਂ ਦਾ ਬਣਾਇਆ ਉਹ ਨਹੀਂ ਜੀ ਨਹੀਂ ਜੀ ਮਹੱਲ ਸੀ ਸ਼ੀਸ਼ ਮਹੱਲ ਦੇ ਕਿੰਨਾ ਨਾਂ ਸੀ ਆ ਗਏ ਬਹੁਤ ਮਸ਼ਹੂਰ ਸੀ ਜੀ ਉਹ ਭਾਬੜਾ ਕੋਈ ਕਿਹੜਾ ਸੀ ਜਿਸ ਨੇ ਬਣਾਇਆ ਸੀ ਉਹ ਦੱਸ ਜੀ ਹੁਣ ਇੱਕ ਫਲ ਲੈ ਕੇ ਆਇਆ ਉਹ ਬੜੀ ਦੁਨੀਆ ਅਜੂਬਾ ਹੀ ਉਹਦੀ ਕਿਸਮ ਦਾ ਲੇਕਿਨ ਅਸੀਂ ਉੱਥੇ ਕਿੱਥੇ ਮਤਲਬ ਹੈਗਾ ਸਿਰਫ ਆਪਣਾ ਪਿੰਡ ਦਾ ਹੀ ਸ਼ੌਕ ਆ ਬਰੋਟੀ ਦਾ ਬਰੋਟੀ ਸ਼ੌਕ ਆ ਜੀ ਹੋਰ ਕੋਈ ਉੱਡ ਕੇ ਚੱਲ ਜਾਈਏ ਬਰੋਟੀ ਵਾਹ ਬਰੋਟੀ ਉੱਡ ਕੇ ਚੱਲ ਜਾਈਏ ਬਰੋਟੀ ਇੱਥੇ ਕਾਫੀ ਗੱਲਾਂ ਇਹਨੇ ਕਰੀ ਦੀਆਂ ਅਤੇ ਬਰੋਟੀ ਵਾਲੇ ਮੈਂ ਹੁਣ ਸਾਡੇ ਵੀ ਬਜ਼ੁਰਗ ਦਾ ਫੌਟ ਹੋ ਗਿਆ ਮੈਂ ਬੜਾ ਚਾਰਾ ਮਾਰਿਆ ਕਿ ਪੁਰਾਣੀਆਂ ਗੱਲਾਂ ਪੁੱਛੂ ਮੈਂ ਸ਼ਿਰਿਆ ਜਾਂਦਾ ਫਿਰ ਕਿੱਥੋਂ ਬਰੋਟੀ ਵਾਲੇ ਚੱਲੇ ਇਹ ਬਜਵਾੜੇ ਉੱਠ ਕੇ ਬਰੋਟੀ ਗਏ ਅਲਾਈ ਬਖਸ਼ ਗਿਆ ਅਲਾਈ ਬਖਸ਼ ਨੇ ਪਿੰਡ ਫਿਰ ਬਾਹਰ ਕੀਤਾ ਅਲਾਈ ਬਖਸ਼ ਦੇ 7 ਬੇਟੇ ਸੀ ਉਸ ਤੋਂ ਬਾਅਦ ਇੱਕ ਦੇ 4 ਸੀ ਅਸੀਂ 26 ਭਰਾ ਸੀ ਜੀ ਸੈਂ ਚਾਚਾ ਨੇ ਪੁੱਤ ਜਿਹੜੇ 7 ਬੇਟੇ ਸੀ ਨਾ ਜੀ ਅਲਾਈ ਬਖਸ਼ ਦੇ 26 ਭਰਾ ਸੀ ਸੈਂ ਚਾਚਾ ਨੇ ਪੁੱਤ ਇਹ 26 ਤੋਂ ਬਰੋਟੀ ਹੈ ਅੱਛਾ ਇਹਦੇ 'ਚ ਫਿਰ ਪਾਰਟੀਸ਼ਨ ਜਿਹੜੀ ਹੈ 47 ਦੀ ਉਹਦੇ ਉੱਤੇ ਇੰਨਾ ਨਹੀਂ ਫਿਰ ਪਤਾ ਹੋਣਾ ਨਹੀਂ ਉਹਨਾਂ ਨੇ ਮੈਨੂੰ ਪਤਾ ਅੱਛਾ ਹੁਣ ਆਪਾਂ ਪਾਕਿਸਤਾਨ ਬਣੇ ਨੂੰ ਇੰਨੀ ਦੇਰ ਹੋ ਗਈ 72 ਸਾਲ ਤੋਂ ਹੋ ਚੱਲੇ ਆ ਤਕਰੀਬਨ ਹੁਣ ਤੱਕ ਆਪਾਂ ਵੇਖਦੇ ਹਾਂ ਵੀ ਹਾਲਾਤ ਖਰਾਬ ਹਾਲਾਤ ਖਰਾਬ ਵੀਜ਼ਾ ਲੱਭਦਾ ਨਹੀਂ ਹਾਲਾਤ ਖਰਾਬ ਵੀਜ਼ਾ ਲੱਭਦਾ ਨਹੀਂ ਹਾਲਾਤ ਇਵੇਂ ਹੀ ਰਹਿਣੇ ਚਾਹੀਦੇ ਇਹ ਹਾਲਾਤ ਨਹੀਂ ਹਾਲਾਤ ਇਸ ਨਹੀਂ ਰਹਿਣੇ ਚਾਹੀਦੇ ਹੱਕ ਤਾਂ ਬਣਦਾ ਸੀ ਇਹ ਹਾਲਾਤ ਮੁਲਕੀ ਜਾਣਾ ਜਿਹੜੇ ਉੱਥੇ ਦੇ ਲੋਕ ਜਾਂ ਇੱਥੇ ਦੇ ਲੋਕ ਇਹ ਕਿਸੇ ਦੇ ਪਾਸਪੋਰਟ ਵੀ ਨਾ ਹੁੰਦਾ ਇਹ ਕਾਰਡ ਦੀ ਸ਼ਕਲ 'ਚ ਆਉਂਦੇ ਜਾਂਦੇ ਉਹ ਵੀ ਆਪਣਾ ਘਰ ਦੇਖ ਲੈਂਦੇ ਲੋਕ ਆ ਕੇ ਉਹਨਾਂ ਦੇ ਪਿੰਡਾਂ ਦੇ ਪਿੰਡ ਮੈਂ ਦੇਖਦਾ ਹਾਂ ਉਹ ਵੀ ਆਪਣਾ ਆ ਕੇ ਦੇਖਦੇ ਇੱਥੇ ਲੋਕ ਵੀ ਉੱਥੇ ਆਪਣਾ ਜਾ ਕੇ ਦੇਖਦੇ ਹੁੰਦੇ ਬਾਕੀ ਤਾਂ ਫਿਰ ਹਕੂਮਤਾਂ ਦੀਆਂ ਗੱਲਾਂ ਤਾਂ ਹਕੂਮਤਾਂ ਨਾਲ ਹਨ ਇੰਨੀ ਕੁ ਸਖਤੀ ਆਜ਼ਾਦੀ ਹੋਣੀ ਚਾਹੀਦੀ ਸੀ ਜਿਹੜੇ 5-7-10 ਸਾਲ ਆ ਇਹ ਵੀ ਨਹੀਂ ਰਹਿਣੀ ਹੋਰ 5 ਸਾਲ ਮੁੱਕ ਜਾਣੇ ਇਹ ਮੁੱਕ ਜਾਣੇ ਨੇ ਜਿਹੜੀ ਮੈਂ ਮੇਰੇ ਵਰਗੇ ਸ਼ੌਕ ਰੱਖਦੇ ਇਹ ਮੁੱਕ ਜਾਣੇ ਨੇ ਮੁੜ ਕੇ ਕਿਹਾ ਪਤਾ ਹੀ ਨਹੀਂ ਰੋਟੀ ਕੀ ਹੁੰਦੀ ਆ ਰੋਟੀ ਕੀ ਅਤੇ ਹੁਸ਼ਿਆਰਪੁਰ ਕੀ ਬਸ ਗੱਲ ਖਤਮ ਆ ਹੋਰ 5-7 ਸਾਲ ਆ ਇਹ ਮਤਲਬ ਇਹ ਮੁੱਕ ਜਾਣੇ ਨੇ ਜਿਸ ਤਰ੍ਹਾਂ ਅਗਲੇ ਬਾਬੇ ਮੁੱਕ ਗਏ ਗੱਲ ਖਤਮ ਹੋ ਜਾਣੀ ਇੰਨੀ ਆਜ਼ਾਦੀ ਹੋਣੀ ਚਾਹੀਦੀ ਸੀ ਆਪਣੇ ਜੰਮਣ ਪਾਉਣ ਦਾ ਹਾਲ ਕਰਵਾਉਣ ਦਾ ਜੀ ਮੇਰਾ ਉਹ ਸਾਡਾ ਜੰਮਣ ਪਾਉਂਆ ਹਾਲਾਂਕਿ ਇੱਥੇ ਦੀ ਹਰ ਤਰ੍ਹਾਂ ਸਹੂਲਤ ਆ ਜੀ ਮੇਰੇ ਬੇਟੇ ਕੈਨੇਡਾ ਗਏ ਇਹਨਾਂ ਗੱਡੀਆਂ ਕਾਰਾਂ ਹੀ ਰੱਖੀਆਂ ਆ ਘਰ ਸਾਡਾ ਇੱਥੇ ਜ਼ਿਆਦਾ ਦਾ ਘਰ ਸਾਡਾ ਕੋਈ ਜ਼ਮੀਨ ਨਾ ਮੈਂ ਇਕੱਲਾ ਮਾਲਕ ਆ ਜੀ 40 ਕਿੱਲੇ ਸਾਡੀ ਸ਼ਹਿਰ ਦੀ ਮੁੱਢ ਆ ਜੀ 40 ਕਿੱਲੇ ਪ੍ਰਾਪਰਟੀ ਸਾਡੀ ਸ਼ਹਿਰ ਦੀ ਮੁੱਢ ਆ ਪਿੰਡ ਬਰੋਟੀ ਚੇਤੇ ਆਉਂਦਾ ਪਿੰਡ ਬਰੋਟੀ ਚੇਤੇ ਆਉਂਦਾ ਵੀ ਯਾਰ ਉਹ ਪਿੰਡ ਕਿੱਦਾਂ ਦਾ ਸਾਡਾ ਸੀ ਉਹ ਸਾਡੀਆਂ ਬਾਬਿਆਂ ਨੇ ਦੱਸਣਾ ਨੇ ਇੰਨਾ ਕਰਕੇ ਉੱਪਰ ਨੂੰ ਜਾਣਾ ਫਿਰ ਅਸੀਂ ਆਉਣਾ ਇੱਧਰ ਨਿਆਲਾ ਪਿੰਡ ਕੋਲ ਹੁੰਦਾ ਸੀ ਮਹਿੰਗਰਵਾਲ ਮਲੋਟ ਇਹ ਪਹਾੜ 'ਚ ਪਿੰਡ ਹੁੰਦੇ ਸੀ ਉੱਥੇ ਤਾਂ ਗੁੱਜਰ ਆਏ ਹੁੰਦੇ ਸਾਡੇ ਕੋਲ ਉਹ ਵੀ ਮਰ ਗਿਆ ਵਿਚਾਰੇ ਅਤੇ ਅਗਰ ਮੈਂ ਨਾ ਦੇਖਿਆ ਹੁੰਦਾ ਨਾ ਉਹ ਨਕਸ਼ਾ ਮੇਰੇ ਜ਼ਿਹਨ 'ਚ ਨਾ ਹੁੰਦਾ ਇੱਕ ਮੇਰਾ ਭਰਾ ਇੰਗਲੈਂਡ 'ਚ ਜਾਂਦਾ ਪੋਪੀ ਸਾਹਿਬ ਜਦੋਂ ਇੰਗਲੈਂਡ 'ਚ ਆਏ ਫਿਰ ਅਸੀਂ ਬਰੋਟੀ ਦੀਆਂ ਗੱਲਾਂ ਕਰੀ ਜਾਣੀਆਂ ਹੁੰਦੀਆਂ ਹਾਂ ਉੱਥੇ ਦਾ ਚਮਾਰ ਹੁੰਦਾ ਸੀ ਹਰੀਆ ਉਹ ਸਾਡੇ ਤਾਏ ਦਾ ਨੰਬਰ ਸਾਡੇ ਸਾਡਾ ਤਾਇਆ ਸੀ ਸਾਡਾ ਸੀ ਉਹਦਾ ਸੀ ਉਹ ਚੌਕੀਦਾਰ ਉਹ ਹਰੀਆ ਗੱਲ ਇੱਦਾਂ ਆ ਉਹ ਹਰੀਆ ਗੱਲ ਇੱਦਾਂ ਆ ਉਹ ਹਰੀਏ ਵੀ ਮਰ ਗਿਆ ਉਦੋਂ ਖੱਪ ਗਿਆ ਸਾਡੇ ਬਾਬੇ ਵੀ ਖੱਪ ਗਏ ਅਤੇ ਉਹ ਘਰ ਤਾਂ ਫਿਰ ਤੁਹਾਨੂੰ ਪਤਾ ਵੀ ਜਿਹੜੇ ਚਿੜੀਆਂ ਨੂੰ ਵੀ ਪਿਆਰੇ ਹੁੰਦੇ ਜਿੱਥੇ ਬੰਦਾ ਪੈਦਾ ਹੋਇਆ ਹੋਵੇ ਜੰਮਣ
ਮੈਂ ਬਾਹਰ ਗਿਆ ਨਹੀਂ ਜੇ ਫੈਸਲਾਬਾਦ ਹਾਂ ਨਹੀਂ ਗੋਇਆ ਉਸਦੇ ਵਿੱਚ ਬਿਲਕੁਲ ਕਹਿਣਾ ਯਾਰ ਤੂੰ ਆਈ ਖਾਣਾ ਵੀ ਮੇਰੇ ਕੋਲ ਖਾਣਾ ਜਰਮਨੀ ਹੁੰਦੇ ਸੀ ਤੂੰ ਯਾਰ ਗੋਰੇ ਦਾ ਯਾਰ ਤੂੰ ਫੈਸਲਾਬਾਦ ਦਾ ਇਸ ਤਰ੍ਹਾਂ ਕਰਕੇ ਹੁਸ਼ਿਆਰਪੁਰ ਦਾ ਸਾਡਾ ਜ਼ਿਲ੍ਹਾ ਹੈ ਜੋ ਵੀ ਆ ਹੋਰ ਤਾਂ ਕਾਫੀ ਨੇ ਸਾਡੇ ਕੋਲ ਅੰਬਰਸਰ ਦੇ ਲੋਕ ਬੈਠੇ ਨੇ ਆ ਸਿਰਫ ਆਪਣਾ ਪਿੰਡ ਯਾਦ ਉਹੀ ਫਾਇਦਾ ਵਾ ਹੁਸ਼ਿਆਰਪੁਰ ਬਰੋਟੀ ਇਸ ਪਾਸੇ ਬਰੋਟੀ ਪਿੰਡ ਹੋਰ ਵੀ ਕਾਫੀ ਰਾਜਪੂਤਾਂ ਦੇ ਪਿੰਡ ਨੇ ਉੱਧਰ ਜੀ ਸੁਣਦਾ ਨਹੀਂ ਨਾ ਆ ਵੀ ਹਾਂਜੀ ਹਾਂਜੀ ਘੋੜੇਵਾਲ ਘੋੜੇਵਾਲ ਨਾਮ ਪਤਵਾਲ ਧੀਰੇਵਾਲ ਬੱਗੇਵਾਲ ਇਹ ਸਭ ਰਾਜਪੂਤਾਂ ਦੀ ਪੱਟੀਆਂ ਜਾਣ ਲਈਆਂ ਸਾਡਾ ਪਿੰਡ ਜਿਹੜਾ ਸਾਨੂੰ ਕਹਿੰਦੇ ਸੀ ਪਹਾੜੀਏ ਕੰਢੀ ਦੇ ਚੋਹਾਲ ਬਰੋਟੀ ਨਾਰਾ ਡਾਡਾ ਇਹ ਤਕਰੀਬਨ ਪਿੰਡ ਇਕੱਠੇ ਸੀਗੇ ਅੱਛਾ ਮੈਂ ਹਿਸਾਬ ਤਾਂ ਲਾ ਹੀ ਲਿਆ ਵੀ ਆਹ ਵੀ ਆਪਣਾ 15 ਮਿੰਟ ਦੀ ਵੀਡੀਓ 'ਤੇ ਇਹਦੇ ਵਿੱਚ ਤੁਸੀਂ ਕੋਈ ਮੇਰਾ ਖਿਆਲ 100 ਵਾਰੀ ਬਰੋਟੀ ਨਾਂ ਲੈ ਲਿਆਉਣਾ ਬਰੋਟੀ ਬਰੋਟੀ ਹੈ ਬਰੋਟੀ ਬਰੋਟੀ ਹੈ ਜੀ ਆਹ ਪੈਦਾ ਸਾਡੇ ਪੜਦਾਦੇ ਨਗਰ ਦਾਦੇ ਬਾਪ ਦਾਦੇ ਉੱਥੇ ਪੈਦਾ ਹੋਏ ਆਵਾਜ਼ ਮਾਂ ਸਾਡੀ ਉੱਥੇ ਪੈਦਾ ਹੋਈ ਅਤੇ ਫਿਰ ਯਾਦ ਤੋਂ ਫਿਰ ਉਹ ਆਉਣਾ ਹੀ ਹੈ ਜੀ ਚਲੋ ਆਹ ਵੀਡੀਓ ਆਪਾਂ ਬਣਾਈ ਹੈ ਅਤੇ ਇਹ ਹੋਪਫੁਲੀ ਉਹਨਾਂ ਦੇ ਤੁਹਾਡੇ ਪਿੰਡ ਬਰੋਟੀ ਤੱਕ ਪਹੁੰਚੇਗੀ ਜਿਹੜੇ ਉੱਥੋਂ ਦੇ ਹੁਣ ਵਾਸੀ ਲੋਕ ਨੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਰਿਕੁਐਸਟ ਤੁਸੀਂ ਕਰ ਦਿੱਤੀ ਵੀ ਹੋਰ ਕੁਛ ਨਹੀਂ ਖਾਹਿਸ਼ ਹੈ ਵੀ ਮੈਂ ਆਪਣਾ ਪਿੰਡ ਇੱਕ ਵਾਰੀ ਮੈਂ ਪਿੰਡ ਵੇਖਣਾ ਹੋਰ ਮੈਨੂੰ ਕਾਹਦੀ ਕਾਹਦੀ ਖਾਹਿਸ਼ ਹੈ ਜੀ ਮੈਂ ਉਹਨਾਂ ਨੂੰ ਕਿਸੇ ਕਿਸਮ ਦਾ ਬੋਝ ਨਹੀਂ ਉਹ ਕਰੀਏ ਉੱਥੋਂ ਮੈਨੂੰ ਬਾਰਡਰ ਤੋਂ ਕਹਿ ਲਓ ਜੇ ਜਿਸ ਤਰ੍ਹਾਂ ਵੀ ਲੈਣ ਆਉਣ ਉਹ ਵੀ ਖਰਚਾ ਮੈਂ ਆਪਣਾ ਕਰਾਂਗਾ ਉਹ ਮੈਂ ਨਾਲ ਉਹਨਾਂ ਦੇ ਵਗੈਰਾ ਸ਼ਹਿਰ ਹੋਟਲ ਠਹਿਰਨਾ ਹੋਵੇ ਕਿ ਉਹ ਮੇਰੇ ਨਾਲ ਠਹਿਰਨਾ ਫਿਰ ਮੈਨੂੰ ਆਪਣਾ ਪਿੰਡ ਦਿਖਾ ਦੇਣ ਫੜਾ ਕੇ ਅਤੇ ਔਰ ਸਾਡੇ ਪਿੰਡ 'ਚ ਮੈਂ ਸੁਣਿਆ ਸਾਡਾ ਰਕਬਾ ਜਿਹੜਾ ਨਾ ਇਹ ਇਸ ਕੁਛ ਸਿਆਲਕੋਟ ਦੇ ਸਿੱਖ ਆ ਉਹਨਾਂ ਕੋਲ ਉਹਨਾਂ ਅਲਾਟ ਹੋਇਆ ਅੱਛਾ ਤਾਂ ਇਹ ਦੱਸੋ ਵੀ ਜੇ ਉੱਥੋਂ ਵਾਲੇ ਤੁਹਾਡੇ ਪਿੰਡ ਵਾਲੇ ਕੋਲ ਰਾਬਤਾ ਕਰਨਾ ਚਾਹੁਣ ਕੀ ਨੰਬਰ ਹੈ ਤੁਹਾਡਾ ਟੈਲੀਫੋਨ ਨੰਬਰ ਹਾਂਜੀ ਮੇਰਾ 0302 ਹਾਂਜੀ 7854 7854 0092 ਪਹਿਲਾਂ ਲਾ ਲੈਣਾ ਕੰਟਰੀ ਕੋਡ ਮੇਰਾ ਹੈਗਾ 0302 7854 ਇਹ ਤਾਂ ਮੇਰਾ ਆ ਅਤੇ ਪਿੰਡ ਅਡਰੈਸ ਜਿਹੜਾ ਗੋਜੇ ਨਾਲ 364 ਬਲਕਿ ਪੂਰੇ ਪਾਕਿਸਤਾਨ 'ਚ 364 ਪਿੰਡ ਹੈਗਾ ਅਤੇ ਸ਼ਹਿਰ ਦੇ ਨਾਲ ਮਾਰਾ ਰਕਬਾ ਸਾਰਾ ਪਲਾਟ ਸ਼ਹਿਰ ਦੇ ਇਕੱਠੇ ਕੋਠੀ ਸਾਡੀ ਸ਼ਹਿਰ ਦੇ ਵਿੱਚ ਆ ਜੀ ਕਿਸੇ ਕਿਸਮ ਦੀ ਕੋਈ ਸਹੂਲਤ ਹੋਵੇ ਹੁਣ ਤੁਸੀਂ ਵੀ ਸਾਡੇ ਕੋਲ ਮਾਸ਼ਾ ਲਾਇਓ ਇਹ ਤਾਂ ਆਉਣ ਜਾਣ ਵਾਲੀਆਂ ਗੱਲਾਂ ਹੈਗੀਆਂ ਸਾਰੀਆਂ ਅਤੇ ਮੈਂ ਵੀ ਚਾਹੁੰਦਾ ਕਿ ਮੈਂ ਸਾਡੇ ਪਿੰਡ ਜਿਹੜੇ 2 ਘਰ ਸਿੱਖਾਂ ਦੇ ਸੀ ਆਏ ਮੇਰੀ ਬੜੀ ਖਾਹਿਸ਼ ਹੋਈ ਮੈਂ ਕਿਹਾ ਨਲਾਇਕ ਉਹਨਾਂ ਨੂੰ ਕਿਉਂ ਜਾਣ ਦਿੱਤਾ ਉਹਨਾਂ ਦੀ ਤੁਸੀਂ ਹੁਣ ਸੇਵਾ ਕਰਦੇ ਉਹਨੇ ਪੁੱਛਿਆ ਕਿ ਸੀ ਵੀ ਯਾਰ ਉਹ ਵੀ ਆਪਣਾ ਵਤਨ ਦੇਖਣ ਆਇਆ ਸੀ ਆ ਰਕਬਾ ਉਹਨਾਂ ਨੂੰ ਦਿਖਾਲ ਦੇ ਪੜਾ ਕੇ ਸਲਾਮਾ ਲੈ ਕੇ ਇਹ ਕਿਹੜਾ ਮੈਂ ਕੰਮ ਆ ਖਾਣਾ ਛਾਣਾ ਕਰਾਉਂਦੇ ਉਹਨਾਂ ਨੂੰ ਪਰਾਉਂਦੇ ਚਲਾਉਂਦੇ ਦੱਸੋ ਯਾਰ ਸੇਵਾ ਕਰਦੇ ਉਹਨਾਂ ਦੀ ਪੂਰੀ ਅਸੀਂ ਚਲੋ ਲਓ ਜੀ ਆਪਾਂ ਗੱਲਬਾਤ ਕਰਨ ਡੇ ਸਾਂ ਬਜ਼ੁਰਗਾਂ ਦੇ ਨਾਲ ਪਿੱਛੇ ਬਰੋਟੀ ਪਿੰਡ ਦੀ ਸੋ ਇਹਨਾਂ ਦੀ ਸ਼ਦੀਦ ਖਵਾਹਿਸ਼ ਹੈ ਆਪਣਾ ਪਿੰਡ ਵੇਖਣ ਦੀ ਇਸ ਤਰ੍ਹਾਂ ਦੇ ਹਜ਼ਾਰਾਂ ਲੱਖਾਂ ਲੋਕ ਉਹ ਬਜ਼ੁਰਗ ਜਿਹੜੇ ਦੁਨੀਆਂ ਤੋਂ ਵੀ ਚਲੇ ਗਏ ਨੇ ਕੁਛ ਹੁਣ ਜਿਵੇਂ ਦੱਸਿਆ ਵੀ 5% ਜਾਂ 10 ਹੋਣਗੇ ਬਾਕੀ 10 ਵੀ ਨਹੀਂ ਹੋਣੇ 5% ਹੋਣਗੇ ਲੋਕ ਜਿਹੜੇ ਸਾਨੂੰ ਕਹਾਣੀਆਂ ਦੱਸਦੇ ਸੀ ਸਟੋਰੀਆਂ ਦੱਸਦੇ ਸੀ ਜਿਹੜੀਆਂ ਉਹਨਾਂ ਤੱਕ ਬੀਤੀਆਂ ਸੀ ਆਪਣੇ ਪਿੰਡਾਂ ਦੀਆਂ ਕਹਾਣੀਆਂ ਜਿਹੜੇ ਆਪਣੇ ਪਿੱਛੇ ਜਾਣਾ ਚਾਹੁੰਦੇ ਸੀ ਪਿਛੋਕੜ ਵੇਖਣਾ ਚਾਹੁੰਦੇ ਸੀ ਇੱਧਰੋਂ ਉੱਧਰ ਜਾਂ ਇੱਧਰੋਂ ਉੱਧਰਲੇ ਦੋਵਾਂ ਪਾਸਿਆਂ ਦੇ ਸੋ ਉਹਨਾਂ ਵਾਸਤੇ ਹੁਣ ਤੱਕ ਬਹੁਤ ਮੁਸ਼ਕਲਾਂ ਸਨ ਹੁਣ ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁਸ਼ਕਲਾਂ 'ਤੇ ਘੱਟ ਆਏਗਾ ਇਹ ਦੁਬਾਰਾ ਤੋਂ ਜਿਹੜੀ ਪਹਿਲੋਂ ਸਾਂਝ ਸੀ ਪਹਿਲੋਂ ਪਿਆਰ ਸੀ ਪਹਿਲੋਂ ਪ੍ਰੀਤ ਸੀ ਪਹਿਲੋਂ ਮੁਹੱਬਤ ਸੀ ਅਸਰੇ ਨੂੰ ਦੁਬਾਰਾ ਜਿਹੜੀ ਵਾ ਬਰਕਰਾਰ ਹੋਏਗੀ ਜਿਵੇਂ ਪਹਿਲੋਂ ਸੀ ਪਿਆਰ ਲੋਕਾਂ ਦਾ ਆਪਸ ਦੇ ਵਿੱਚ ਸੋ ਇਹ ਬਾਰਡਰ ਲੱਗੇ ਰਹਿਣ ਮੁਲਕ ਦੋਵੇਂ ਬੱਝੇ ਰਹਿਣ ਲੇਕਿਨ ਇਹਨਾਂ ਲੋਕਾਂ ਨੂੰ ਇੱਕ ਦੂਜੇ ਪਾਸੇ ਆਉਣ ਦੀ ਇਜਾਜ਼ਤ ਹੋਵੇ ਫਰੀਲੀ ਟਰੈਵਲ ਕਰਨ ਉੱਧਰ ਇੱਧਰ ਆਉਣ ਇੱਧਰੋਂ ਉੱਧਰ ਜਾਣ ਸੋ ਇਸ ਕਹਾਣੀਆਂ ਰੱਖਣ ਦਾ ਮਕਸਦ ਵੀ ਇਹ ਵੀ ਪਹਿਲਾਂ ਤੱਕ ਜਿਹੜੀਆਂ ਸਟੋਰੀਆਂ ਸੀ ਉਹਨਾਂ ਨੂੰ ਸੇਵ ਕੀਤਾ ਜਾਏ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੱਸਿਆ ਜਾਏ ਪਹਿਲੋਂ ਸਾਂਝ ਕਿਵੇਂ ਪਿਆਰ ਕਿਵੇਂ ਸੀ ਪਹਿਲੋਂ ਦੇ ਲੋਕਾਂ ਦਾ ਵਸੇਬ ਕਿਵੇਂ ਸੀ ਫਿਰ ਉਹਨਾਂ ਨੇ ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਕਿਵੇਂ ਹਾਸਲ ਕੀਤੀ ਐਡਾ ਸੌਖਾ ਮੁਲਕ ਨਹੀਂ ਮਿਲਿਆ ਇਹ ਸਾਰੀਆਂ ਹੀ ਗੱਲਾਂ ਬਾਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ ਮਿਲਦੇ ਹਾਂ ਫਿਰ ਰੱਬ ਰੱਖ